ਸਤਿ ਸ਼੍ਰੀ ਅਕਾਲ ਦੋਸਤੋ। ਸਭ ਤੋਂ ਪਹਿਲਾਂ ਮੈਂ ਸਭ ਦਰਸ਼ਕਾਂ ਨੂੰ ਦੀਵਾਲੀ ਦੀਆਂ ਬਹੁਤ ਬਹੁਤ ਸ਼ੁਭਕਾਮਨਾਵਾਂ ਦਿੰਦਾ ਔਰ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਦਿੰਦਾ। ਦੇਖੋ, ਅੱਜ ਦੀਵਾਲੀ ਹੈ ਜਾਂ ਨਹੀਂ ਹੈ, ਇਹ ਕਈ ਵਿਚਾਰ ਬਣ ਚੁੱਕੇ ਹਨ ਲੋਕਾਂ ਦੇ। ਕੋਈ ਕਹਿੰਦਾ ਜੀ ਦੀਵਾਲੀ 31 ਤਰੀਕ ਨੂੰ ਹੈ, ਕੋਈ ਕਹਿੰਦਾ ਦੀਵਾਲੀ 1 ਤਰੀਕ ਨੂੰ ਹੈ। ਸੋ ਇਹ ਦੋ ਚਿੱਤਾਂ ਦੇ ਵਿੱਚ ਪਏ ਹੋਏ ਲੋਕਾਂ ਨੂੰ ਇਹ ਜਾਣਨਾ ਜ਼ਰੂਰੀ ਹੈ ਕਿ ਆਪਾਂ ਦੀਵਾਲੀ ਦੇ ਵਿੱਚ ਲਕਸ਼ਮੀ ਪੂਜਾ ਕਰਦੇ ਹਾਂ। ਜੇ ਆਪਾਂ ਲਕਸ਼ਮੀ ਪੂਜਾ 2 ਦਿਨ ਵੀ ਕਰ ਦਾਂਗੇ ਤਾਂ ਉਹਦੇ ਵਿੱਚ ਸਾਨੂੰ ਕੋਈ ਫਰਕ ਨਹੀਂ ਪੈਂਦਾ, ਲਕਸ਼ਮੀ ਪੂਜਨ ਕਦੇ ਵੀ ਕਰ ਸਕਦੇ ਹੋ। ਸੋ ਕੋਈ ਵਹਿਮ ਭਰਮਾਂ 'ਚ ਨਾ ਪਵੋ। ਇਹ ਜੋ ਪੰਡਿਤ ਸ਼ਾਸਤਰੀ ਗਿਆਨੀ ਵਿਗਿਆਨੀ ਹੁੰਦੇ ਹਨ, ਇਹ ਸਿਰਫ ਇੱਕ ਆਪਣਾ ਇਨਕਮ ਦਾ ਸਾਧਨ ਬਣਾਉਣ ਵਾਸਤੇ ਲੋਕਾਂ ਨੂੰ ਵਹਿਮ ਭਰਮ ਪਾਉਂਦੇ ਹਨ ਕਿ ਦੀਵਾਲੀ 1 ਤਰੀਕ ਬਣਾਓ, 1 ਵਜੇ ਬਣਾਓ, ਰੱਖੜੀ 1 ਤਰੀਕ ਬਣਾਓ, 1 ਵਜੇ ਬਣਾਓ। ਸੋ ਇਹ ਸਭ ਵਹਿਮ ਭਰਮ ਨੇ। ਇਹਨਾਂ ਵਹਿਮਾਂ ਭਰਮਾਂ ਤੋਂ ਦੂਰ ਹਟ ਕੇ ਆਪਣਾ ਇੱਕ ਰੈਗੂਲਰ ਜੀਵਨ ਬਿਤਾਓ। ਲਕਸ਼ਮੀ ਪੂਜਨ ਕਰਨਾ ਹੈ ਉਹ ਤੁਸੀਂ ਕਿਸੇ ਵਕਤ ਵੀ ਕਰ ਸਕਦੇ ਹੋ, ਜ਼ਰੂਰੀ ਨਹੀਂ ਹੈ ਕਿ ਦੀਵਾਲੀ ਵਾਲੇ ਦਿਨ ਹੀ ਕਰਨਾ, ਲਕਸ਼ਮੀ ਪੂਜਨ ਤੁਸੀਂ ਰੋਜ਼ ਕਰ ਸਕਦੇ ਹੋ। ਸੋ ਦੋਸਤੋ, ਇਹਨਾਂ ਵਹਿਮਾਂ ਭਰਮਾਂ ਤੋਂ ਹਟ ਕੇ ਬੜੀ ਖੂਬਸੂਰਤ ਗ੍ਰੀਨ ਦੀਵਾਲੀ ਬਣਾਓ। ਪੋਲੂਸ਼ਨ ਕਿੰਨਾ ਫੈਲ ਚੁੱਕਾ ਹੈ, ਦੇਖੋ IQ ਕਿੰਨਾ, AIQ ਕਿੰਨਾ ਹੈ, ਕਦੀ ਦੇਖਿਆ ਤੁਸੀਂ ਕਿੰਨੀਆਂ ਰੋਜ਼ ਕਾਰਾਂ ਸਕੂਟਰ ਇਹ ਉਹ ਕਿੰਨਾ ਪੋਲੂਸ਼ਨ ਫੈਲਦੀ ਹੈ, ਕਿੰਨਾ ਧੂੰਆਂ, ਕਿੰਨੀਆਂ ਫੈਕਟਰੀਆਂ ਦੇ ਧੂੰਏ, ਕਿੰਨਾ ਪੋਲੂਸ਼ਨ ਵੱਧ ਚੁੱਕਿਆ ਹੈ। ਸੋ ਦਿੱਲੀ ਦਾ ਪਹਿਲਾਂ ਹੀ ਦੇਖੋ 300 ਤੱਕ ਇਹ QI ਪਹੁੰਚ ਗਿਆ ਹੈ। ਲੁਧਿਆਣੇ ਕਿੰਨਾ ਹੈ ਵੀ ਮਾਨਚੈਸਟਰ ਦਿੱਲੀ ਮਿੰਨੀ ਦਿੱਲੀ ਬਣ ਗਿਆ ਹੈ। ਸੋ ਹਰ ਇੱਕ ਜਗ੍ਹਾ ਧੂੰਆਂ ਧੂੰਆਂ ਧੂੰਆਂ। ਸੋ ਆਪਾਂ ਉਹ ਪਟਾਕੇ ਨਾ ਚਲਾ ਕੇ ਇੱਕ ਵਧੀਆ ਤਰੀਕੇ ਗ੍ਰੀਨ ਦੀਵਾਲੀ ਬਣਾਓ, ਆਪਸ ਦੇ ਵਿੱਚ ਖੁਸ਼ੀਆਂ ਵੰਡ ਕੇ ਇੰਜੋਏ ਕਰਕੇ ਕੁਛ ਹੋਰ ਖਾਣ ਪੀਣ ਨੂੰ ਕਰੋ। ਮੈਂ ਤੁਹਾਨੂੰ ਇੱਕ ਗੱਲ ਹੋਰ ਕਹਿਣਾ ਚਾਹੁੰਦਾ ਦੋਸਤੋ, ਦੇਖੋ ਮਠਿਆਈ ਕਿੰਨੀ ਬਣਦੀ ਹੈ, ਤੁਸੀਂ ਪੰਜਾਬ ਦੀ ਐਗਜ਼ਾਮਪਲ ਲਗਾ ਦਿਓ, ਬਾਕੀ ਦੇਸ਼ ਸ਼ਹਿਰ ਤਾਂ ਛੱਡ ਦਿਓ, ਬਾਕੀ ਸਟੇਟਾਂ ਨੂੰ ਛੱਡ ਦਿਓ, ਪੰਜਾਬ ਦੇ ਵਿੱਚ ਕਿੰਨਾ ਦੁੱਧ ਪੈਦਾ ਹੁੰਦਾ। ਸੋ ਦੋਸਤੋ, ਮੈਂ ਤੁਹਾਨੂੰ ਇਹ ਕਹਿ ਰਿਹਾ ਸੀ ਕਿ ਰੋਜ਼ਮਰਾ ਦੀ ਜ਼ਿੰਦਗੀ ਦੇ ਵਿੱਚ ਦੁੱਧ ਕਿੰਨਾ ਵਿਕਦਾ ਹੈ ਔਰ ਕਿੰਨਾ ਬਚਦਾ ਹੈ ਔਰ ਕਿੰਨੀ ਕੁ ਮਠਿਆਈਆਂ ਹੁੰਦੀਆਂ। ਦੁੱਧ ਦੀ ਪ੍ਰੋਡਕਸ਼ਨ ਤਾਂ ਉੱਨੀ ਹੈ ਦੀਵਾਲੀ ਵਾਲੇ ਦਿਨ, ਦੁੱਧ ਦੀ ਪ੍ਰੋਡਕਸ਼ਨ ਨਹੀਂ ਵੱਧ ਜਾਂਦੀ ਦੀਵਾਲੀ ਦੇ ਨੇੜੇ ਆ ਕੇ, ਪਰ ਦੀਵਾਲੀ ਦੇ ਨੇੜੇ ਆ ਕੇ ਦੁੱਧ ਦੀ ਕੰਜ਼ਮਪਸ਼ਨ ਕਿੰਨੀ ਵੱਧ ਜਾਂਦੀ ਹੈ, ਕਿੰਨਾ ਦੁੱਧ ਰੋਜ਼ ਯੂਜ਼ ਹੁੰਦਾ, ਕਿੰਨੀਆਂ ਮਠਿਆਈਆਂ ਰੋਜ਼ ਬਣਦੀਆਂ। ਇਹ ਦੁੱਧ ਕਿੱਥੋਂ ਆਉਂਦਾ ਹੈ? ਸਾਰੇ ਹਿੰਦੁਸਤਾਨ 'ਚ ਮਠਿਆਈਆਂ ਬਣਦੀਆਂ, ਹਰ ਸਾਰੇ ਹਿੰਦੁਸਤਾਨ 'ਚ ਐਵਰੇਜ ਯੂਜ਼ ਆਫ ਮਿਲਕ ਬਹੁਤ ਜ਼ਿਆਦਾ ਵੱਧ ਜਾਂਦਾ, ਦੁੱਧ ਕੋਈ ਇੰਪੋਰਟ ਨਹੀਂ ਹੁੰਦਾ, ਹੋਇਆ ਕੋਈ ਇੰਪੋਰਟ ਨਹੀਂ ਹੋ ਰਿਹਾ। ਸੋ ਇਹ ਸਭ ਨਕਲੀ ਦੁੱਧ ਦੀਆਂ ਮਠਿਆਈਆਂ, ਨਕਲੀ ਮਠਿਆਈਆਂ ਰੋਜ਼ ਛਾਪੇ ਮਾਰ ਕੇ ਫੜੇ ਜਾਂਦੇ ਹਨ ਨਕਲੀ ਮਠਿਆਈਆਂ। ਸੋ ਮਠਿਆਈਆਂ ਤੋਂ ਗੁਰੇਜ਼ ਔਰ ਪਰਹੇਜ਼ ਕਰੋ ਤਾਂ ਕਿ ਤੁਹਾਨੂੰ ਬਿਮਾਰੀਆਂ ਨਾ ਲੱਗਣ। ਸਿੰਥੈਟਿਕ ਦੁੱਧ ਸਲੋ ਪੋਇਜ਼ਨ ਹੈ, ਕੈਂਸਰ ਦਾ ਕਾਰਨ। ਸੋ ਮਠਿਆਈਆਂ ਨੂੰ ਬੜੇ ਹਿਸਾਬ ਨਾਲ ਬਹੁਤ ਸਮੇਂ ਤਰੀਕੇ ਦੇ ਨਾਲ ਖਾਓ ਔਰ ਬਹੁਤ ਥੋੜ੍ਹੀ ਮਾਤਰਾ ਦੇ ਵਿੱਚ ਖਾਓ। ਕੋਸ਼ਿਸ਼ ਕਰੋ ਮਠਿਆਈਆਂ ਨਾ ਖਾਧੀਆਂ ਜਾਣ, ਫਲ ਫਰੂਟ ਖਾਓ, ਹੋਰ ਬੜਾ ਕੁਛ ਹੈ ਖਾਣ ਵਾਸਤੇ। ਦੀਵਾਲੀ ਮਨਾਉਣੀ ਹੈ, ਇੰਜੋਏ ਕਰਨਾ ਹੈ, ਕਿਸੇ ਤਰੀਕੇ ਵੀ ਕਰ ਸਕਦੇ ਹੋ। ਦੀਵਾਲੀ ਦੇ ਵਿੱਚ ਕਿਸੇ ਦਾ ਮਨ ਨਾ ਦਿਖਾਓ, ਕਿਸੇ ਨੂੰ ਠੇਸ ਨਾ ਪਹੁੰਚਾਓ, ਹੇਰਾ ਫੇਰੀ ਨਾ ਕਰੋ, ਲਕਸ਼ਮੀ ਪੂਜਨ ਇਹਦੇ ਵਿੱਚ ਹੀ ਹੁੰਦੀ ਹੈ। ਸੋ ਅੱਜ ਦੇ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ 52 ਰਾਜਿਆਂ ਨੂੰ ਗਵਾਲੀਅਰ ਦੇ ਕਿਲ੍ਹੇ ਵਿੱਚੋਂ ਛੁਡਵਾਇਆ ਸੀ। ਉਹਨਾਂ ਨੇ 52 ਕਲੀਆਂ ਵਾਲਾ ਜਾਮਾ ਪਹਿਨਿਆ ਸੀ ਔਰ ਇੱਕ ਇੱਕ ਕਲੀ ਰਾਜਾ ਇੱਕ ਇੱਕ ਰਾਜਾ ਫੜ ਕੇ ਬਾਹਰ ਆਇਆ ਸੀ। ਸੋ ਇਹ ਬੜੀਆਂ ਚੀਜ਼ਾਂ ਨੇ ਜਿਹੜੀਆਂ ਦੀਵਾਲੀ ਦੀਆਂ ਖੁਸ਼ੀਆਂ ਨੂੰ ਦੁੱਗਣਾ ਚੌਗਣਾ 10 ਗੁਣਾ ਕਰਦੀਆਂ। ਸੋ ਦੀਵਾਲੀ ਦੀਆਂ ਖੁਸ਼ੀਆਂ ਮਨਾਓ, ਦੀਪਮਾਲਾ ਕਰੋ, ਦੀਪਮਾਲਾ ਵੀ ਪੋਲਿਊਟਡ ਨਾ ਕਰੋ, ਦੀਪਮਾਲਾ ਵੀ ਉਸ ਢੰਗ ਨਾਲ ਕਰੋ ਤਾਂ ਕਿ ਉਹ ਦੀਪ ਜਿਹੜੇ ਨੇ ਉਹ ਪੋਲਿਊਸ਼ਨ ਪੈਦਾ ਨਾ ਕਰੋ। ਸੋ ਮੈਂ ਇੰਨਾ ਕੁਛ ਕਹਿੰਦਾ ਹੋਇਆ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਦਿੰਦਾ ਹਾਂ ਔਰ ਮੈਂ ਚਾਹੁੰਦਾ ਹਾਂ ਕਿ ਤੁਸੀਂ ਦੀਵਾਲੀ ਨੂੰ ਖੁਸ਼ ਰਹਿ ਕੇ ਔਰ ਖੁਸ਼ੀਆਂ ਮਾਣੋ ਔਰ ਪਰਮਾਤਮਾ ਤੁਹਾਨੂੰ ਬਹੁਤ ਤਰੱਕੀਆਂ ਦੇਵੇ, ਕਾਮਯਾਬੀਆਂ ਦੇਵੇ, ਸਿਹਤਯਾਬੀ ਦੇਵੇ, ਤੁਹਾਡੇ ਘਰ ਪਰਿਵਾਰ 'ਚ ਖੁਸ਼ੀਆਂ ਬਖਸ਼ੇ। ਸੋ ਆਪ ਸਭ ਨੂੰ ਬਹੁਤ 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 ਦੀਵਾਲੀ ਦੀਆਂ ਮੁਬਾਰਕਾਂ। ਮੈਂ ਆਪ ਜੀ ਸਭ ਨੂੰ ਇਹ ਕਹਿਣਾ ਚਾਹੁੰਦਾ ਕਿ ਦੀਵਾਲੀ ਬਹੁਤ ਵਧੀਆ ਤਰੀਕੇ ਗ੍ਰੀਨ ਦੀਵਾਲੀ ਬਣਾਓ ਔਰ ਢੰਗ ਨਾਲ ਬਣਾਓ। ਬੜੀ ਮਿਹਰਬਾਨੀ, ਥੈਂਕ ਯੂ, ਸ਼ੁਕਰੀਆ।